ਇੱਕ ਪਾਸੇ ਜਿੱਥੇ ਪੰਚਾਇਤੀ ਚੋਣਾਂ ਹਾਲੇ ਨੇਪਰੇ ਚੜ੍ਹਨੀਆਂ ਨੇ, 15 ਅਕਤੂਬਰ ਦਾ ਦਿਨ ਮਿੱਥਿਆ ਗਿਆ, ਉਦੋਂ ਪਹਿਲਾਂ ਕੀ ਰੰਗ ਦੇਖਣ ਨੂੰ ਮਿਲ ਰਹੇ ਨੇ ਅਤੇ ਪੰਚਾਇਤੀ ਚੋਣਾਂ ਦੇ ਰੰਗ 'ਚ ਪੂਰੀ ਤਰ੍ਹਾਂ ਪੰਜਾਬ ਰੰਗਿਆ ਗਿਆ। ਹਾਲਾਂਕਿ ਕਈ ਥਾਵਾਂ ਤੋਂ ਸੁਖਦ ਖਬਰਾਂ ਵੀ ਆ ਰਹੀਆਂ ਨੇ ਕਿ ਸਰਬਸੰਮਤੀ ਹੋਈ, ਪਰ ਕਈ ਥਾਵਾਂ ਦੇ ਉੱਤੇ ਹਿੰਸਕ ਝੜਪਾਂ ਵੀ ਹੋਈਆਂ, ਗੋਲੀਆਂ ਤੱਕ ਚੱਲੀਆਂ ਔਰ ਕਈ ਥਾਵਾਂ ਦੇ ਉੱਤੇ ਬੋਲੀਆਂ ਲੱਗੀਆਂ। ਇਹ ਸਾਰਾ ਕੁਝ ਦੇਖਣ ਨੂੰ ਮਿਲਿਆ। ਇਹ ਪਹਿਲੀ ਵਾਰ, ਇਹਨਾਂ ਵਿੱਚੋਂ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਨਹੀਂ ਹੋਈਆਂ ਅਤੇ ਪਹਿਲੀ ਵਾਰ ਉਹ ਵੀ ਨੇ ਜਿੱਥੇ ਹੋਈਆਂ ਨੇ। ਇੱਥੋਂ ਤੱਕ ਕਿ ਲਾਈਨਾਂ 'ਚ ਕਾਗਜ਼ ਜਮ੍ਹਾਂ ਕਰਵਾਉਣ ਦੇ ਲਈ ਲੱਗੇ ਉਮੀਦਵਾਰਾਂ ਦੇ ਕਾਗਜ਼ ਵੀ ਹਵਾ 'ਚ ਉੱਡਦੇ ਦੇਖੇ ਗਏ। ਜਿੱਥੇ ਇਹ ਸਾਰਾ ਕੁਛ ਇੱਕ ਪੂਰੀ ਤਰ੍ਹਾਂ ਸਿਖਰ ਦੇ ਉੱਤੇ ਹੈ, ਪੀਕ ਦੇ ਉੱਤੇ ਹੈ, ਦੂਜੇ ਪਾਸੇ ਜਿਹੜੀਆਂ ਆਉਣ ਵਾਲੀਆਂ ਜ਼ਿਮਨੀ ਚੋਣਾਂ ਨੇ 4 ਵਿਧਾਨ ਸਭਾ ਹਲਕਿਆਂ ਦੀਆਂ, ਉਸ ਨੂੰ ਲੈ ਕੇ ਪਹਿਲਾਂ ਸਭ ਤੋਂ ਵੱਧ ਸਰਗਰਮੀ ਆਮ ਆਦਮੀ ਪਾਰਟੀ ਨੇ ਕੀਤੀ। ਸ਼੍ਰੋਮਣੀ ਅਕਾਲੀ ਦਲ ਨੇ ਵੀ ਗਿੱਦੜਬਾਹਾ ਦੇ ਵਿੱਚ ਡੇਰੇ ਲਾਏ ਔਰ ਕਾਂਗਰਸ ਪਾਰਟੀ ਨੇ ਵੀ ਕੋਈ ਇੱਕਾ ਦੁੱਕਾ ਸਰਗਰਮੀਆਂ ਜਿਹੜੀਆਂ ਨੇ ਉਹ ਕੀਤੀਆਂ। ਪਰ ਇਸ ਵਿੱਚ ਭਾਜਪਾ ਪਾਰਟੀ ਪਿੱਛੇ ਰਹਿ ਗਈ ਸੀ। ਪਰ ਭਾਜਪਾ ਪਾਰਟੀ ਨੇ ਵੀ ਹੁਣ ਆਪਣੇ 2 ਸਿਪਾਹੀ ਤਿਆਰ ਕਰ ਲਏ ਨੇ, ਖਾਸ ਕਰਕੇ ਇੱਕ ਤੀਜੇ ਦਾ ਵੀ ਨਾਮ ਜਿਹੜਾ ਚੱਲ ਰਿਹਾ ਉਸ ਨੂੰ ਵੀ ਲਾਇਆ ਜਾ ਸਕਦਾ, ਪਰ ਚੌਥੇ ਹਲਕੇ ਦੇ ਵਾਸਤੇ ਹਾਲੇ ਤੱਕ ਕੋਈ ਫਾਈਨਲ ਨਹੀਂ ਹੋ ਸਕਿਆ। ਇਸ ਸੰਬੰਧੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਕਿਹੜੇ 4 ਹਲਕਿਆਂ ਦੇ ਵਿੱਚੋਂ ਕਿਹੜੇ ਹਲਕਿਆਂ ਦੇ ਵਿੱਚ ਲਗਭਗ ਭਾਜਪਾ ਨੇ ਆਪਣੀ ਨੀਤੀ ਆਉਣ ਵਾਲੇ ਸਮੇਂ ਦੀ ਬਣਾ ਲਈ ਹੈ ਕਿ ਉਹ ਉਮੀਦਵਾਰ ਮੈਦਾਨ ਦੇ ਵਿੱਚ ਨੇ। ਹਾਲਾਂਕਿ ਮੀਟਿੰਗਾਂ ਦਾ ਸਿਲਸਿਲਾ ਜਾਂ ਉਹਨਾਂ ਦੀਆਂ ਸਰਗਰਮੀਆਂ ਦੱਸਦੀਆਂ ਨੇ ਕਿ ਉਹ ਆਉਣ ਵਾਲੇ ਸਮੇਂ ਦੇ ਵਿੱਚ ਉਮੀਦਵਾਰ ਭਾਜਪਾ ਦੇ ਹੋ ਸਕਦੇ ਨੇ। ਉਹਨਾਂ ਸੰਭਾਵੀ ਉਮੀਦਵਾਰਾਂ ਦੇ ਵਿੱਚੋਂ ਪਹਿਲੀਆਂ ਕਤਾਰਾਂ ਦੇ ਵਿੱਚ ਉਹਨਾਂ ਦਾ ਨਾਮ ਹੈ ਜਿਹੜਾ ਉਹ ਬੋਲ ਰਿਹਾ, ਮਨਪ੍ਰੀਤ ਸਿੰਘ ਬਾਦਲ ਅਤੇ ਕੇਵਲ ਢਿੱਲੋਂ। ਮਨਪ੍ਰੀਤ ਸਿੰਘ ਬਾਦਲ ਦਾ ਸਿੱਧਾ ਸੰਬੰਧ ਗਿੱਦੜਬਾਹਾ ਹਲਕੇ ਦੇ ਨਾਲ ਹੈ, ਜਿਹੜੇ ਕਿ ਉਹ ਪਹਿਲਾਂ ਵੀ ਉੱਥੋਂ ਵਿਧਾਇਕ, ਪਹਿਲੀ ਵਾਰੀ ਜਦੋਂ ਸਿਆਸੀ ਸਫ਼ਰ ਬਤੌਰ ਵਿਧਾਇਕ ਉਹਨਾਂ ਨੇ ਸ਼ੁਰੂ ਕੀਤਾ ਅਤੇ ਗਿੱਦੜਬਾਹਾ ਤੋਂ ਹੀ ਚੋਣ ਜਿੱਤੇ ਸਨ। ਔਰ ਜੇਕਰ ਗੱਲ ਕਰੀਏ ਕੇਵਲ ਢਿੱਲੋਂ ਦੀ ਅਤੇ ਬਰਨਾਲਾ, ਉਹਨਾਂ ਦਾ ਆਪਣਾ ਉਹ ਹਲਕਾ ਰਿਹਾ ਜਿੱਥੇ ਉਹ ਪਹਿਲਾਂ ਵੀ ਚੋਣ ਲੜ ਚੁੱਕੇ ਨੇ। ਤਾਂ ਹੁਣ ਇਸੇ ਤਰ੍ਹਾਂ ਜੇਕਰ ਗੱਲ ਕੀਤੀ ਜਾਵੇ ਡੇਰਾ ਬਾਬਾ ਨਾਨਕ ਦੀ, ਤਾਂ ਰਵੀ ਕਰਨ ਸਿੰਘ ਕਾਹਲੋਂ ਨੇ ਜਿਹੜੇ ਉਹ ਭਾਜਪਾ ਨੂੰ ਜੁਆਇਨ ਕਰਦੇ ਨੇ ਔਰ ਇਸ ਮਸਲੇ ਦੇ ਵਿੱਚ ਉਹ ਵੀ ਜਿਹੜੇ ਨੇ ਉਹ ਚੋਣ ਉੱਥੋਂ ਲੜ ਸਕਦੇ ਨੇ। ਫਿਰ ਰਹਿ ਗਿਆ ਚੌਥਾ ਹਲਕਾ ਚੱਬੇਵਾਲ, ਉੱਥੋਂ ਹਾਲਾਂਕਿ ਸਥਿਤੀ ਕਲੀਅਰ ਨਹੀਂ ਹੋ ਸਕੀ, ਉਸ ਦੇ ਬਾਰੇ ਵੀ ਜਾਣਕਾਰੀ ਸਾਂਝੀ ਕਰਦੇ। ਔਰ ਇਹ ਨਾਮ ਹੀ ਕਿਉਂ ਅੱਗੇ ਚੱਲ ਰਹੇ ਔਰ ਇਹ ਨਾਮ ਹੀ ਅੱਗੇ ਕਿਉਂ ਚੱਲ ਰਹੇ ਨੇ, ਇਸ ਬਾਬਤ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਹਾਂ। ਇੰਗਲਿਸ਼ ਟ੍ਰਿਬਿਊਨ ਦੇ ਵਿੱਚ ਸੀਨੀਅਰ ਪੱਤਰਕਾਰ ਜਪਿੰਦਰਜੀਤ ਸਿੰਘ ਦੀ ਰਿਪੋਰਟ ਦੱਸਦੀ ਹੈ ਕਿ ਮਨਪ੍ਰੀਤ ਸਿੰਘ ਬਾਦਲ ਦੇ ਨਾਮ ਦੇ ਉੱਤੇ ਮੋਹਰ ਲਗਭਗ ਲੱਗ ਚੁੱਕੀ ਹੈ ਅਤੇ ਕੇਵਲ ਸਿੰਘ ਢਿੱਲੋਂ ਵੀ ਬਰਨਾਲਾ ਤੋਂ ਚੋਣ ਲੜ ਸਕਦੇ ਨੇ। 5 ਵਾਰ ਵਿਧਾਇਕ ਰਹੇ ਅਤੇ ਭਾਜਪਾ ਆਗੂ ਮਨਪ੍ਰੀਤ ਸਿੰਘ ਬਾਦਲ ਨੇ ਸਿਹਤ ਸੰਬੰਧੀ ਮਸਲਿਆਂ ਤੋਂ ਉਭਰਨ ਤੋਂ ਬਾਅਦ ਹੁਣ ਗਿੱਦੜਬਾਹਾ ਵਿਧਾਨ ਸਭਾ ਜ਼ਿਮਨੀ ਚੋਣ ਲਈ ਤਿਆਰੀਆਂ ਵਿੱਢ ਦਿੱਤੀਆਂ ਨੇ। ਭਾਜਪਾ ਨੇ ਤਕਰੀਬਨ ਉਹਨਾਂ ਦਾ ਨਾਮ ਇਸ ਲਿਸਟ ਲਈ ਤੈਅ ਕਰ ਹੀ ਲਿਆ। ਦੱਸਿਆ ਜਾ ਰਿਹਾ ਭਾਜਪਾ ਦੀ ਟਿਕਟ 'ਤੇ ਮਨਪ੍ਰੀਤ ਬਾਦਲ ਪਹਿਲੀ ਵਾਰੀ ਚੋਣ ਲੜ ਸਕਦੇ ਨੇ। ਇਸੇ ਤਰ੍ਹਾਂ ਭਾਜਪਾ ਨੇ ਬਰਨਾਲਾ ਸੀਟ ਲਈ ਕੇਵਲ ਢਿੱਲੋਂ ਦਾ ਨਾਮ ਵੀ ਲਗਭਗ ਫਾਈਨਲ ਕਰ ਲਿਆ। ਇਹ ਦੋਵੇਂ ਆਗੂ ਪਹਿਲਾਂ ਹੀ ਇਹਨਾਂ ਵਿਧਾਨ ਸਭਾ ਹਲਕਿਆਂ 'ਚ ਸਰਗਰਮ ਸਨ ਅਤੇ ਉਹਨਾਂ ਵੱਲੋਂ ਪਾਰਟੀ ਵਰਕਰਾਂ ਨਾਲ ਲਗਾਤਾਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਸਨ। ਪਾਰਟੀ ਸੂਤਰਾਂ ਦਾ ਵੀ ਦੱਸਣਾ ਹੈ ਕਿ ਡੇਰਾ ਬਾਬਾ ਨਾਨਕ ਸੀਟ ਤੋਂ ਰਵੀ ਕਰਨ ਕਾਹਲੋਂ ਦਾ ਜਿਹੜਾ ਨਾਮ ਸਭ ਤੋਂ ਅੱਗੇ ਚੱਲ ਰਿਹਾ ਅਤੇ ਚੱਬੇਵਾਲ ਸੀਟ 'ਤੇ ਉਮੀਦਵਾਰ ਲਈ ਹਾਲੇ ਪਾਰਟੀ ਕਿਸੇ ਵੀ ਨਤੀਜੇ 'ਤੇ ਨਹੀਂ ਪਹੁੰਚੀ। ਔਰ ਭਾਜਪਾ ਦੇ ਜਿਹੜੇ ਸੂਬਾ ਪ੍ਰਧਾਨ ਨੇ ਸੁਨੀਲ ਜਾਖੜ, ਉਹਨਾਂ ਦੀਆਂ ਸਰਗਰਮੀਆਂ ਜੁਲਾਈ ਮਹੀਨੇ ਤੋਂ ਨਹੀਂ, ਇਸੇ ਕਰਕੇ ਉਹਨਾਂ ਦੇ ਕਰਕੇ ਵੀ ਚਰਚਾ ਵਿੱਚ ਬਣੀ ਹੋਈ ਆ। ਭਾਜਪਾ ਦੀ ਪੰਜਾਬ ਲੀਡਰਸ਼ਿਪ ਦੇ ਸੰਕਟ ਦਾ ਸਾਹਮਣਾ ਕਰ ਰਹੀ ਹੈ। ਜਾਖੜ ਨੂੰ ਮਨਾਉਣ 'ਚ ਨਾਕਾਮ ਰਹਿਣ ਮਗਰੋਂ ਪਾਰਟੀ ਨੇ ਜ਼ਿਮਨੀ ਚੋਣਾਂ ਲਈ ਇੰਚਾਰਜ, ਸਹਾਇਕ ਇੰਚਾਰਜ ਅਤੇ ਮੰਡਲ ਕੋਆਰਡੀਨੇਟਰਾਂ ਦੀ ਅਗਵਾਈ ਹੇਠ ਟੀਮਾਂ ਵੀ ਬਣਾ ਦਿੱਤੀਆਂ ਜੋ ਪ੍ਰਚਾਰ ਦੀ ਜ਼ਿੰਮੇਵਾਰੀ ਸੰਭਾਲਣਗੀਆਂ। ਪੰਜਾਬ ਭਾਜਪਾ ਦੇ ਸਕੱਤਰ ਸੁਨੀਲ ਭਾਰਦਵਾਜ ਨੇ ਦੱਸਿਆ ਕਿ ਅਵਿਨਾਸ਼ ਰਾਏ ਖੰਨਾ ਨੂੰ ਗਿੱਦੜਬਾਹਾ, ਮਨੋਰੰਜਨ ਕਾਲੀਆ ਨੂੰ ਬਰਨਾਲਾ, ਸ਼ਵੇਤ ਮਲਕ ਨੂੰ ਚੱਬੇਵਾਲ ਅਤੇ ਅਸ਼ਵਨੀ ਸ਼ਰਮਾ ਨੂੰ ਡੇਰਾ ਬਾਬਾ ਨਾਨਕ ਵਿਧਾਨ ਸਭਾ ਸੀਟ ਦਾ ਇੰਚਾਰਜ ਨਿਯੁਕਤ ਕੀਤਾ ਗਿਆ। ਇਸੇ ਤਰ੍ਹਾਂ ਸੂਬਾ ਜਨਰਲ ਸਕੱਤਰ ਅਨਿਲ ਸਰੀਨ ਨੂੰ ਮੀਡੀਆ ਅਤੇ ਆਈ ਟੀ ਮਾਮਲਿਆਂ ਦਾ ਇੰਚਾਰਜ ਬਣਾਇਆ ਗਿਆ। ਪਰ ਮਨਪ੍ਰੀਤ ਸਿੰਘ ਬਾਦਲ
ਤੇ ਕੇਵਲ ਢਿੱਲੋਂ ਦਾ ਨਾਮ ਖਾਸ ਕਰਕੇ ਫਾਈਨਲ ਕਿਵੇਂ ਮੰਨਿਆ ਜਾ ਰਿਹਾ ਇਸ ਦੇ ਸਮੀਕਰਨ ਦੱਸਦੇ ਨੇ, ਕਿਉਂਕਿ ਭਾਜਪਾ ਦੇ ਵੱਲੋਂ ਕੇਵਲ ਢਿੱਲੋਂ ਤਾਂ ਇੱਕ ਸੰਗਰੂਰ ਦੀ ਜ਼ਿਮਣੀ ਚੋਣ ਵੀ ਲੜ ਚੁੱਕੇ ਨੇ ਔਰ ਇਸ ਤੋਂ ਬਾਅਦ ਵੀ ਉਹਨਾਂ ਨੇ ਕਾਫੀ ਭਾਜਪਾ ਦੇ ਵਿੱਚ ਸਰਗਰਮੀਆਂ ਕੀਤੀਆਂ ਨੇ। ਔਰ ਜਿੱਥੋਂ ਤੱਕ ਰਹੀ ਗੱਲ ਜਿਹੜੀ ਕੀ ਹੈ ਗੱਲ ਕੀਤੀ ਜਾਵੇ ਗਿੱਦੜ ਬਾਹ ਦੀ, ਤਾਂ ਮਨਪ੍ਰੀਤ ਬਾਦਲ ਪਹਿਲਾਂ ਹੀ ਕਈ ਦਫ਼ਾ ਗਿੱਦੜ ਬਾਹ ਤੋਂ ਚੋਣ ਲੜਦੇ ਰਹੇ ਨੇ ਅਤੇ ਜਿੱਤਦੇ ਰਹੇ ਨੇ। ਤਾਂ ਮਨਪ੍ਰੀਤ ਬਾਦਲ ਦਾ ਫਿਰ ਸ਼ਹਿਰੀ ਹਲਕਾ ਬਠਿੰਡਾ ਹੋ ਜਾਂਦਾ ਜਦੋਂ ਉਸ ਕਾਂਗਰਸ ਦੇ ਵੱਲੋਂ ਵੀ ਚੋਣ ਲੜਦੇ ਰਹੇ। ਕਾਂਗਰਸ ਤੋਂ ਬਾਅਦ ਫਿਰ ਉਹਨਾਂ ਦਾ ਸਫ਼ਰ ਆ ਜਿਹੜਾ ਭਾਜਪਾ ਵੱਲ ਨੂੰ ਹੋ ਗਿਆ। ਉਸ ਤੋਂ ਬਾਅਦ ਜਿਹੜੀ ਇੱਕ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਬਗਾਵਤ ਕਰਕੇ ਡਿੰਪੀ ਢਿੱਲੋਂ ਜਦੋਂ ਜਾਂਦੇ ਨੇ ਆਮ ਆਦਮੀ ਪਾਰਟੀ ਵੱਲ, ਤਾਂ ਉਦੋਂ ਵੀ ਉਹਨਾਂ ਵੱਲੋਂ ਇਹੀ ਗੱਲ ਸ਼ੰਕੇ ਜਿਤਾਏ ਗਏ ਕਿ ਇਹ ਤਾਂ ਆਪਸ ਵਿੱਚ ਭਰਾ ਭਰਾ ਸਿਆਸੀ ਤੌਰ ਦੇ ਉੱਤੇ ਇਕੱਠੇ ਹੋ ਗਏ ਨੇ ਅੰਦਰ ਖਾਤੇ, ਪਰ ਇਸ ਦੇ ਲਈ ਬਲੀ ਹੈ ਜਿਹੜੀ ਉਹ ਮੇਰੀ ਲਈ ਜਾ ਰਹੀ ਸੀ ਜਾਂ ਉਮੀਦਵਾਰ ਕਿਉਂ ਨਹੀਂ ਸੀ ਐਲਾਨਿਆ ਜਾ ਰਿਹਾ। ਡਿੰਪੀ ਢਿੱਲੋਂ ਨੇ ਕਾਫੀ ਸੁਖਬੀਰ ਸਿੰਘ ਬਾਦਲ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਲਾਂਭੇ ਵੀ ਦਿੱਤੇ, ਤਾਨੇ ਵੀ ਦਿੱਤੇ, ਅਤੇ ਪਰ ਇਹ ਕਹਿ ਕੇ ਉਹ ਪਾਰਟੀ ਵੱਲ ਛੱਡ ਕੇ ਚਲੇ ਜਾਂਦੇ ਨੇ ਆਮ ਆਦਮੀ ਪਾਰਟੀ ਵੱਲ। ਔਰ ਮੰਨਿਆ ਜਾ ਰਿਹਾ ਕਿ ਉਧਰੋਂ ਆਮ ਆਦਮੀ ਪਾਰਟੀ ਵੱਲੋਂ ਕਈ ਜਿਹੜੇ ਚਾਹਵਾਨ ਸੀ ਉਮੀਦਵਾਰ ਉਹਨਾਂ ਨੂੰ ਪਛਾੜਦਿਆਂ ਹੋਇਆਂ ਡਿੰਪੀ ਢਿੱਲੋਂ ਦਾ ਨਾਮ ਅੱਗੇ ਚੱਲ ਰਿਹਾ, ਪਰ ਉਹਨਾਂ ਦਾ ਜਿਹੜੀ ਮੇਨ ਵਜ੍ਹਾ ਸੀ ਰੁੱਸਣ ਦੀ ਸ਼੍ਰੋਮਣੀ ਅਕਾਲੀ ਦਲ ਤੋਂ ਵੀ ਇਹੀ ਮੰਨੀ ਗਈ। ਹਾਲਾਂਕਿ ਇਸ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੇ ਇਸ ਨੂੰ ਬਹਾਨਾ ਦੱਸਿਆ, ਮਨਪ੍ਰੀਤ ਬਾਦਲ ਨੇ ਵੀ ਇਸ ਨੂੰ ਬਹਾਨਾ ਦੱਸਿਆ ਕਿ ਇਸ ਤਰ੍ਹਾਂ ਦੀ ਕੋਈ ਗੱਲ ਹੀ ਨਹੀਂ ਹੈ ਕਿ ਉਹ ਇਕੱਠਿਆਂ ਇੱਧਰੋਂ ਚੋਣ ਲੜਨਗੇ, ਕੋਈ ਗੱਲ ਚੋਣ ਲੜਨ ਦੀ ਉਸ ਵੇਲੇ ਚੱਲ ਹੀ ਨਹੀਂ ਰਹੀ ਸੀ। ਪਰ ਹੁਣ ਸੰਭਾਵਨਾ ਬਣੀ ਹੋਈ ਹੈ ਕਿ ਮਨਪ੍ਰੀਤ ਬਾਦਲ ਹੀ ਗਿੱਦੜਵਾਹ ਦੀ ਚੋਣ ਭਾਜਪਾ ਤੋਂ ਲੜ ਸਕਦੇ ਨੇ, ਇਸ ਕਰਕੇ ਡਿੰਪੀ ਢਿੱਲੋਂ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਆਮ ਆਦਮੀ ਪਾਰਟੀ ਵੱਲ ਨੂੰ ਹੋ ਤੁਰੇ ਸਨ। ਹੁਣ ਆਉਣ ਵਾਲੀਆਂ ਜ਼ਿਮਣੀ ਚੋਣਾਂ ਵੀ ਦਿਲਚਸਪ ਹੋਣ ਵਾਲੀਆਂ ਨੇ, ਪਰ ਉਸ ਤੋਂ ਪਹਿਲਾਂ ਪੰਚਾਇਤੀ ਚੋਣਾਂ ਦੀਆਂ ਸਰਗਰਮੀਆਂ ਕੀ ਰੰਗ ਦਿਖਾ ਰਹੀਆਂ ਨੇ ਪੰਜਾਬ ਦੇ ਵਿੱਚ, ਉਹ ਵੀ ਤੁਸੀਂ ਭਲੀ ਭਾਂਤ ਜਾਣੋ। ਪਰ ਜ਼ਿਮਣੀ ਚੋਣਾਂ ਦਾ ਜਿਵੇਂ ਹੀ ਐਲਾਨ ਹੋਵੇਗਾ ਤਾਂ ਉਦੋਂ ਪਤਾ ਲੱਗੇਗਾ ਕਿ ਉਸ ਦੇ ਵਿੱਚ ਕਿਸ ਦਾ ਪਲੜਾ ਕਿੰਨਾ ਭਾਰੀ ਹੁੰਦਾ। ਪਰ ਤਿਆਰੀਆਂ ਲਗਭਗ ਸਾਰਿਆਂ ਨੇ ਵਿੜਨੀਆਂ ਸ਼ੁਰੂ ਕਰ ਦਿੱਤੀਆਂ ਨੇ, ਨਜ਼ਰ ਸਭ ਦੀ ਬਣੀ ਹੋਈ ਹੈ ਸੱਤਾ ਧਿਰ ਦੇ ਨਾਲ ਨਾਲ ਵਿਰੋਧੀ ਪਾਰਟੀਆਂ ਦੀ ਵੀ, ਕਿ ਉੱਥੇ ਕੌਣ ਕੌਣ ਅਤੇ ਕਿਵੇਂ ਕਿਵੇਂ ਚਾਰ ਸੀਟਾਂ ਦੇ ਵਿੱਚੋਂ ਕਿਹੜੀ ਕਿਹੜੀ ਕਿਸ ਦੇ ਹਿੱਸੇ ਆਉਂਦੀ ਹੈ। ਹਾਲਾਂਕਿ ਲੋਕ ਸਭਾ ਚੋਣਾਂ ਦੇ ਵਿੱਚ ਭਾਜਪਾ ਦਾ ਖਾਤਾ ਨਹੀਂ ਸੀ ਖੁੱਲ੍ਹ ਸਕਿਆ, ਪਰ ਵੋਟ ਬੈਂਕ ਆ ਜਿਹੜਾ ਵੋਟ ਸ਼ੇਅਰ ਆ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਕਿਤੇ ਜ਼ਿਆਦਾ ਵੱਧ ਗਿਆ। ਪਰ ਹੁਣ ਦੇਖਣ ਵਾਲੀ ਗੱਲ ਹੋਵੇਗੀ ਕਿ ਇਸ ਮਾਮਲੇ ਦੇ ਵਿੱਚ ਕੌਣ ਕਿੰਨਾ ਭਾਰੂ ਪੈਂਦਾ, ਇਹ ਜ਼ਿਮਣੀ ਚੋਣ ਦੱਸੇਗੀ, ਤੈਅ ਕਰੇਗੀ। ਪਰ ਉਮੀਦਵਾਰਾਂ ਦੇ ਚਿਹਰੇ ਵੀ ਇਸ ਮਸਲੇ ਦੇ ਵਿੱਚ ਜ਼ਰੂਰ ਮੈਟਰ ਕਰਨਗੇ ਕਿ ਕੌਣ ਕੌਣ ਕਿਹੜੀ ਪਾਰਟੀ ਤੋਂ ਜ਼ਿਮਣੀ ਚੋਣ ਦਾ ਉਮੀਦਵਾਰ ਹੋ ਸਕਦਾ ਹੈ। ਮਨਪ੍ਰੀਤ ਬਾਦਲ ਅਤੇ ਕੇਵਲ ਢਿੱਲੋਂ ਦੀ ਮੋਹਰ ਖਾਸ ਕਰਕੇ ਬਰਨਾਲਾ ਅਤੇ ਗਿੱਦੜਵਾ ਹਲਕੇ ਤੋਂ ਲਗਭਗ ਤੈਅ ਹੋ ਚੁੱਕੀ ਹੈ ਭਾਜਪਾ ਦੇ ਵੱਲੋਂ। ਹਾਲਾਂਕਿ ਚੋਣਾਂ ਦਾ ਐਲਾਨ ਹੋਣਾ ਬਾਕੀ ਹੈ, ਪਰ ਉਸ ਤੋਂ ਪਹਿਲਾਂ ਬਾਕੀ ਪਾਰਟੀਆਂ ਨੇ ਵੀ ਸਰਗਰਮੀਆਂ ਜਿਵੇਂ ਸ਼ੁਰੂ ਕੀਤੀਆਂ ਸਨ, ਅਤੇ ਭਾਜਪਾ ਵੀ ਹੁਣ ਦਿਲਚਸਪੀ ਦਿਖਾਉਣੀ ਸ਼ੁਰੂ ਕਰ ਦਿੱਤੀ ਗਈ ਹੈ। ਜਿਵੇਂ ਕਿ ਇੰਚਾਰਜ ਸਹਿ ਇੰਚਾਰਜ ਮੰਡਲਾਂ ਦੇ ਇੰਚਾਰਜ ਲਗਾਏ ਗਏ ਨੇ, ਜਿਹੜਾ ਮੀਡੀਆ ਦੀ ਜ਼ਿੰਮੇਵਾਰੀ ਅਨਿਲ ਸਰੀਨ ਹੋਰਾਂ ਨੂੰ ਦਿੱਤੀ ਗਈ ਹੈ। ਇਸੇ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਕਿ ਭਾਜਪਾ ਵੀ ਹੁਣ ਖਾਸ ਤੌਰ ਦੇ ਉੱਤੇ ਉਹਨਾਂ ਜ਼ਿਮਣੀ ਚੋਣਾਂ ਨੂੰ ਧਿਆਨ ਦੇਣ ਲੱਗੀ ਹੈ, ਕਿਉਂਕਿ ਇਸ ਤੋਂ ਪਹਿਲਾਂ ਜੰਮੂ ਕਸ਼ਮੀਰ ਅਤੇ ਹਰਿਆਣਾ ਦੀ ਜਿਹੜੀ ਵਿਧਾਨ ਸਭਾ ਦੀ ਚੋਣ ਹੈ ਉੱਥੇ ਭਾਜਪਾ ਦਾ ਪਲੜਾ ਕਿੰਨਾ ਕੁ ਕਿਵੇਂ ਰਹਿਣ ਵਾਲਾ ਹੈ, ਉਸ ਤੋਂ ਬਾਅਦ ਹੁਣ ਨਜ਼ਰ ਉਸਦੀ ਜ਼ਿਮਣੀ ਚੋਣਾਂ ਦੇ ਉੱਤੇ ਵੀ ਪਵੇਗੀ। ਔਰ ਪੰਜਾਬ ਦੀ ਜਿਹੜੀ ਸੱਤਾ ਧਿਰ ਦੇ ਵਿੱਚ ਖਲਾਰੇ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਨੇ ਕਿ ਕਿਵੇਂ ਦਿੱਲੀ ਹਾਈ ਕਮਾਂਡ ਦਾ ਦਖਲ ਦੀਆਂ ਚਰਚਾਵਾਂ ਚੱਲ ਰਹੀਆਂ ਨੇ, ਉਸ ਦੌਰਾਨ ਭਾਜਪਾ ਦਾ ਰੋਲ ਕੀ ਰਹਿੰਦਾ, ਇਹ ਵੀ ਦੇਖਣ ਵਾਲੀ ਗੱਲ ਹੋਵੇਗੀ। ਜਦ ਤੱਕ ਕੋਈ ਨਵਾਂ ਅਪਡੇਟ ਆਉਂਦਾ ਤਦ ਤੱਕ ਤੁਸੀਂ ਬਣੇ ਰਹੋ ABC ਪੰਜਾਬ ਦੇ ਨਾਲ।